हाँ जी दोस्तों, सारे वीरां नूं प्यार भरी सत श्री अकाल। मैं तुहाडा अपना सुखी शेरगिल, पिंड हरीगढ़, जिला संगरूर, बरनाला। दोस्तों तुहानूं पता लग ही गया होणा है ना वी मेरे कोले आपां कह दी वी साडे बहुत ही सत्कारयोग महान हस्तियां खड़ियां ने। इधरले पासे ने बाई सेवक मकैनिकल ते इधरले पासे आ बाई मिस्टर सुखदीप, जिहड़े हुण ग्लोब ट्रैक्टर दे नाम ते आ गए। ते अज मैं इत्थे आया सीगा ਬਾਈ ਸੁਖਦੀਪ ਕੋਲੇ। ਸਾਡਾ ਥੋੜ੍ਹਾ ਜਿਹਾ ਕੰਮ ਟੇਢਾ ਵਾਲਿਆ ਪਿਆ ਸੀਗਾ, ਸਾਨੂੰ ਪਤਾ ਲੱਗਿਆ ਵੀ ਬਾਈ ਸੇਵਕ ਦਾ ਪਿੰਡ ਵੀ ਇਹੀ ਹੈਗਾ, ਤਾਂ ਚਿੱਤ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ, ਛੱਡ ਦਿਓ ਗੱਲਾਂ। ਫਿਰ ਮੈਂ ਬਾਈ ਸੁਖਦੀਪ ਨੂੰ ਆਖਿਆ, ਮਹਾਂ ਵੀ ਆਪਾਂ ਬਾਈ ਸੇਵਕ ਕੋਲੇ ਜਾ ਕੇ ਆਉਣੇ ਆ, ਸਨੀ ਉਹਨਾਂ ਨੂੰ ਹੋਰ ਥੋੜ੍ਹਾ ਇੱਧਰ ਨੂੰ ਹੋਇਆ, ਤੂੰ ਕੱਚੇ 'ਚ ਹੋ ਜਾ, ਕੋਈ ਦਿੱਕਤ ਨਹੀਂ, ਵੀ ਆਪਾਂ ਬਾਈ ਕੋਲੇ ਸੇਵਕ ਕੋਲੇ ਜਾ ਕੇ ਆਉਣੇ ਆ। ਇਹਨਾਂ ਨੇ ਪਿੱਛੇ ਜੇ ਇੱਕ ਵੀਡੀਓ ਪਾਈਆਂ ਸੀਗੀਆਂ ਜਿਹਦੇ ਵਿੱਚ ਤੁਹਾਨੂੰ ਦਿਖਾਉਣੇ ਆ ਗਿਆ ਜੀ, ਅਤੇ ਇੱਕ ਤਾਂ ਆਹ ਮੋਟਰਸਾਈਕਲ ਜਿਹੜਾ ਇਹਨਾਂ ਨੇ ਬੈਟਰੀ ਜ਼ਿਕਰ ਆ ਸੀਗਾ, ਜਦੋਂ ਕਹਿੰਦੇ ਵੀ ਪੈਟਰੋਲ ਹੋ ਗਿਆ ਜੀ 110 ਰੁਪਏ, ਅਤੇ ਬਾਈ ਨੇ ਐਡਾ ਵੱਡਾ ਆਪਾਂ ਕਹਿ ਦਈਏ ਵੀ ਕਾਢ ਕੱਢੀ ਮੋਟਰਸਾਈਕਲ ਨੂੰ ਬੈਟਰੀ 'ਤੇ ਕਰਤਾ, ਅਤੇ ਆਪਾਂ ਇਹਦਾ ਵੀ ਟ੍ਰਾਇਲ ਦੇਖਾਂਗੇ। ਅਤੇ ਨਾਲ ਇੱਕ ਬਾਈ ਹੋਰਾਂ ਕੋਲ ਖੜਾ ਗਾ ਸਾਈਕਲ, ਅਤੇ ਸਾਈਕਲ ਦੀ ਇੰਨੀ ਜ਼ਿਆਦਾ ਸਪੀਡ ਹੈ ਵੀ ਇਹਨੂੰ ਮੈਂ ਚਲਾ ਕੇ ਦੇਖਦਾ। ਸਭ ਤੋਂ ਪਹਿਲਾਂ ਤਾਂ ਬਾਈ ਤੇਰਾ ਬਹੁਤ ਬਹੁਤ ਸਵਾਗਤ ਆ ਸਾਡੇ ਪਿੰਡ ਆਇਆ ਵਾਂ ਅੱਜ ਬਾਈ ਆਪਣੇ ਕੋਲ ਸਪੈਸ਼ਲ ਆਇਆ ਮਿਲਣ, ਅਤੇ ਬਹੁਤ ਬਹੁਤ ਧੰਨਵਾਦ ਤੇਰਾ ਵੀ ਇੱਥੇ ਮਿਲਣਾ ਆ ਭਰਾ, ਅਤੇ ਬਾਕੀ ਬਾਈ ਸੇਵਕ ਦੱਸੂਗਾ। ਪਹਿਲਾਂ ਤਾਂ ਬਾਈ ਜੀ ਜੋ ਵੀ ਇਹਨਾਂ ਦੇ ਫੈਮਿਲੀ ਆਪਾਂ ਕਹਿ ਦਈਏ ਫੇਸਬੁੱਕ ਫੈਮਿਲੀ ਆ, ਉਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਕੀ ਮਾਈ ਜ਼ਿਆਦਾ ਸਾਨੂੰ ਮਾਣ ਸਤਿਕਾਰ ਦੇਈ ਜਾਂਦਾ, ਇੰਨੀ ਜੋ ਕਿ ਅਸੀਂ ਹੈ ਨਹੀਂ ਗਏ। ਨਹੀਂ ਨਹੀਂ ਬਾਈ ਫਿਰ ਵੀ ਹੈ ਨਾ, ਚੱਲ ਕੋਈ ਗੱਲ ਨਹੀਂ, ਪਰ ਬਹੁਤ ਬਹੁਤ ਜੀ ਆਇਆ ਇਹਨੂੰ। ਸਭ ਤੋਂ ਪਹਿਲਾਂ ਦਰਸ਼ਨ ਹੋਏ ਅੱਜ, ਮੇਲ ਹੋਇਆ, ਕਿਉਂਕਿ ਇਹ ਵੀ ਸਾਡਾ ਵੀ ਇੱਕ ਮਹਿਕਮਾ ਹੀ ਹੈ ਇੱਕ ਕਿਸਮ ਦਾ, ਸਟਾਫ ਮੈਂਬਰ ਹੀ ਅਸੀਂ। ਬਿਲਕੁਲ, ਅਤੇ ਜਦੋਂ ਫਿਰ ਇੱਕ ਦੂਜੇ ਨੂੰ ਮਿਲਦੇ ਆ ਖੁਸ਼ੀ ਹੁੰਦੀ ਆ। ਬਿਲਕੁਲ ਬਾਈ, ਅਤੇ ਬਿਲਕੁਲ ਮੈਨੂੰ ਵੀ ਐਂ ਹੁੰਦਾ ਹੈ ਨਾ, ਜਿਵੇਂ ਆਪਾਂ ਲਾਈਏ ਵੀ ਦੂਜੇ ਨਹੀਂ ਕਹਿ ਦਿੰਦੇ ਵੀ ਅਸੀਂ ਯਾਰ ਕੈਪਟਨ ਨੂੰ ਮਿਲੇ ਹਾਂ, ਜਾਂ ਵੀ ਸੁਖਬੀਰ ਬਾਦਲ ਨੂੰ ਮਿਲੇ ਹਾਂ, ਜਾਂ ਭਾਜਪਾ ਵਾਲੇ ਕਹਿੰਦੇ ਹੁਣ ਅਸੀਂ ਅੱਜ ਮੋਦੀ ਨੂੰ ਮਿਲਾਂਗੇ, ਵੀ ਬਾਹਲੀ ਖੁਸ਼ੀ ਆ ਹੈ ਨਾ। ਦੋ ਦਿਨ ਜਾ ਕੇ ਬੰਦਾ ਕਿਸੇ ਨਾਲ ਗੱਲ ਨਹੀਂ ਕਰਦਾ, ਮੈਂ ਤਾਂ ਉਹਨੂੰ ਮਿਲ ਕੇ ਆਇਆ, ਉਹੀ ਮੈਨੂੰ ਆਪਦੇ ਆਪ 'ਤੇ ਲੱਗੀ ਜਾਂਦਾ ਵੀ ਅੱਜ ਬਾਈ ਹੋਰਿਆਂ ਕੋਲ ਆਇਆ ਵੀ ਮੇਰਾ ਮੁੜ ਕੇ ਨਵੇਂ ਸਾਲ 'ਤੇ ਮੈਂ ਨਹੀਂ ਕਿਸੇ ਨਾਲ ਗੱਲ ਕਰਦਾ, ਨਵਾਂ ਸਾਲ ਟੋਪ ਤੋਂ ਨਿਕਲਣਾ। ਬਾਈ ਸੇਵਕ ਨੇੜੇ ਲਿਆ ਬਾਈ, ਲਵਿਆ ਜਾ ਸਨੀ ਥੋੜ੍ਹਾ ਜਿਹਾ, ਵੀ ਆਹ ਸਾਈਕਲ ਬਾਰੇ ਜਾਣਕਾਰੀ ਦਿਓ ਬਾਈ, ਵੀ ਕਿੰਨੀ ਪਾਵਰ ਦੀ ਇਹਦੀ ਬੈਟਰੀ ਆ, ਕੀ ਇਹਦੇ ਜਾਣ ਆ ਗਈ, ਕਿੰਨੀ ਸਪੀਡ ਵਗੈਰਾ 'ਤੇ ਇਹ ਕੰਮ ਕਰਦੀ ਹੈਗੀ, ਆਹ ਵੀ ਦਿਖਾ ਦਿਓ ਬਾਈ ਆ ਕੇ ਸਾਰਾ, ਤੁਸੀਂ ਫੜਨਾ ਚਾਹੇ ਬਾਈ ਤੂੰ ਫੜਨਾ ਮਾੜਾ। ਇਹਦੇ ਵਿੱਚ ਨਾ ਇੱਕ ਇਸ ਤੋਂ ਪਹਿਲਾਂ ਮੈਂ ਸਾਈਕਲ ਕੀਤਾ ਜੀ ਤਿਆਰ, ਠੀਕ ਆ ਬਾਈ, ਉਹਨੂੰ ਤਕਰੀਬਨ 1.5 ਸਾਲ ਹੋ ਗਿਆ ਜੀ, ਠੀਕ ਆ ਬਾਈ। ਉਹ ਜਿਹੜਾ ਆਮ ਆਪਣਾ ਸਾਈਕਲ ਹੁੰਦਾ ਨੋਰਮਲ, ਉਹਦੇ ਮੈਂ ਲਾਈ ਸੀ ਸਾਈਕਲ, ਮੋਟਰ ਲਾਈ ਸੀ ਸਾਈਡ 'ਤੇ, ਠੀਕ ਆ ਬਾਈ। ਅਤੇ ਉਹ ਵਾਲੀ ਜਿਹੜੀ ਆਪਣੀ ਮੋਟਰ ਸੀ ਉਹ ਚੰਗਾ ਚੱਲਿਆ ਸਾਈਕਲ, ਠੀਕ ਆ ਬਾਈ, ਪਰ ਉਹਦੇ ਵਿੱਚ ਕੁਛ ਕਮੀਆਂ ਸੀ। ਇੱਕ ਤਾਂ ਵਜ਼ਨ ਬਹੁਤ ਹੋ ਗਿਆ ਉਹਦੇ, ਆਹ ਵਾਲੀ ਬੈਟਰੀ ਆ ਹਾਂਜੀ ਉਹ ਵਿਚਾਲੇ ਵਾਲੇ ਡੰਡੇ ਲਾਈ ਸੀ, ਵਜ਼ਨ ਜ਼ਿਆਦਾ ਸੀਗਾ, ਠੀਕ ਆ ਬਾਈ। ਇੱਕ ਉਹਦੇ ਜਿਵੇਂ ਕਿ ਇਹ ਹੱਬ ਮੋਟਰ ਦੇ ਵਿੱਚ ਆ, ਵੇਖੀ ਨੇੜੇ ਕਰਕੇ ਦਿਖਾਈ, ਆਹ ਮੋਟਰ ਆ ਇਹਦੇ ਵਿੱਚ, ਇਹਦੇ ਵਿੱਚ ਦੇਖਿਆ ਆਹ ਮੋਟਰ ਆ, ਠੀਕ ਹੈ। ਉਹਦੇ ਆਪਾਂ ਨੂੰ ਅਲੱਗ ਤੋਂ ਮੋਟਰ ਲਾਉਣੀ ਪਈ ਸੀ, ਹੁਣ ਚੈਨ ਵੀ ਚੱਲਦੀ ਹੈ, ਚੈਨ ਵੀ ਚੱਲਦੀ ਆ, ਵੀ ਚੱਲਦਾ। ਆਹ ਇਹਦੀ ਬੈਟਰੀ ਆ ਛੋਟੀ ਜੀ, ਬਿਲਕੁਲ ਆਹ ਵਾਲੀ ਇੰਨੀ ਕੀ ਆ ਬਸ। ਹੁਣ ਉਹਦੇ ਵਿੱਚ ਅਸੀਂ ਬੈਟਰੀਆਂ 9 ਕਿਲੋ ਦੀਆਂ, ਇਹਦਾ ਸਾਰਾ 1 ਕਿਲੋ ਦੇ ਆਸ ਪਾਸ ਆ। ਅਤੇ ਇਹਦੀ ਮੈਂ ਪੈਕਅਪ ਦਿਖਾਵਾਂ, ਮੈਂ ਦੂਰ ਕਰੀ ਕੈਮਰੇ ਉੱਪਰੋਂ, ਯਾਨੀ ਕਿ ਹਜੇ ਇਹ ਜੇ ਪੈਕਅਪ ਦੀ ਗੱਲ ਕਰਦੇ ਹਾਂ, ਐਂ ਭੱਜਦਾ ਬਹੁਤ ਜ਼ਿਆਦਾ ਪਾਵਰ, ਬਿਲਕੁਲ ਬਾਈ ਨਿਕਲਦਾ। ਮੈਂ ਕੱਲ ਹੀ ਥੋੜਾ ਜਿਹਾ ਚੇਂਜ ਕੀਤਾ ਵਾ, ਇਹਦੀ ਕੰਪਨੀ ਚ ਕੁਛ ਨੀ ਆਉਂਦਾ ਜਦੋਂ ਮੋਟਰ ਲੱਗਦੀ ਆ। ਅੱਛਾ ਬਾਈ, ਇਹਦੇ ਵਿੱਚ ਮੈਂ ਕੁਛ ਚੇਂਜ ਕੀਤਾ ਸੀ, ਕਿਉਂਕਿ ਮੈਂ ਤੁਹਾਨੂੰ ਪਤਾ ਵੀ ਇਲੈਕਟ੍ਰੋਨਿਕ ਦਾ ਕੰਮ ਪੰਗੇ ਲੈਂਦੇ ਰਹਿਣੇ ਆ, ਕਰਦਾ ਥੋੜ੍ਹੀ ਜਾਣਕਾਰੀ ਹੈਗੀ ਇਹਨਾਂ ਚੀਜ਼ਾਂ ਬਾਰੇ। ਇਹਦੀ ਨਾ ਸਪੀਡ ਸੀਗੀ 30 ਦੀ, ਠੀਕ ਹੈ ਬਾਈ, ਬੈਟਰੀ ਬਹੁਤ ਚੱਕਦਾ ਸੀ, ਠੀਕ ਹੈ। ਇਹਦੇ ਵਿੱਚ ਮੈਂ ਇੱਕ ਤਾਂ ਰਜਿਸਟੈਂਸ ਲਾਤੀ, ਇੱਕ ਆ ਸਵਿੱਚ ਲਾਤੀ, ਜੇ ਤਾਂ ਆਪਾਂ ਰੱਖਾਂਗੇ ਵਿਚਾਲੇ, ਉਹ ਜਿਵੇਂ ਗੱਡੀਆਂ 'ਚ ਨਹੀਂ ਲਿਖਿਆ ਹੁੰਦਾ ਆਹ ਸਵਿੱਚ, ਇੱਥੇ ਦਾ ਸਪੋਰਟਸ ਮੋਡ ਆ, ਜਿਵੇਂ ਕਿ ਗੱਡੀ ਪੈਕਅਪ ਫੁੱਲ, ਇੱਥੇ ਕਹਿ ਦਈਏ ਈਕੋ ਮੋਡ ਆ, ਠੀਕ ਹੈ, ਇੱਥੇ ਮੀਡੀਅਮ ਆ ਇਹ, ਠੀਕ ਹੈ। ਹੁਣ ਜਦੋਂ ਤੁਸੀਂ ਚਲਾ ਕੇ ਦੇਖਿਓ, ਇੱਥੇ ਤਾਂ ਫੁੱਲ ਸਪੀਡ ਆ ਜੀ 30 ਦੀ, ਇਹ ਤਾਂ 4x4 ਹੈ, ਹਾਂ ਇੱਥੇ ਚੱਲੂਗਾ ਇਹ, ਮੈਂ
15 ਦੀ ਸਪੀਡ ਤੇ ਇੱਥੇ ਚੱਲਦਾ ਇਹ ਤਕਰੀਬਨ 20 ਤੇ ਤਿੰਨ ਸਪੀਡਾਂ ਬਣਾ ਦਿੰਦੀਆਂ ਠੀਕ ਹੈ ਤੇ ਇਹ ਫਿਰ ਬਾਈ ਜਿਵੇਂ ਸਕੀਮਾਂ ਨੇ ਹਨਾ ਇਹ ਵੀ ਦਿਮਾਗ 'ਚ ਕਦੋਂ ਧੱਜੋ ਤੜਕੇ ਬੰਦਾ ਸੁਨੇਹਾ ਉੱਠਦਾ ਗੁਰੂ ਘਰ ਮੱਥਾ ਟੇਕ ਕੇ ਆਉਂਦਾ ਉਦੋਂ ਦਿਮਾਗ 'ਚ ਸਕੀਮਾਂ ਚੱਲਦੀਆਂ ਨੇ ਕਿ ਉਹ ਦਿਨੇ ਦਾ ਮੈਨੂੰ ਪਤਾ ਬਿਜੀ ਰਹਿੰਦੇ ਹੋਣਗੇ ਪੂਰੇ ਫੁੱਲ ਬਸ ਐਂ ਆਈ ਤੇ ਕੱਲ੍ਹ ਦੇ ਵਿੱਚ ਦੇਖ ਖਰਚਾ ਪਾਣੀ ਆਪਾਂ ਆ ਕੇ ਦੱਸਾਂਗੇ ਕਿੰਨਾ ਆਇਆ ਇਹਦੇ ਤੇ ਠੀਕ ਹੈ ਬਾਈ ਬਿਲਕੁਲ ਬਾਈ ਇਹ ਹੁਣ ਹੈਗਾ ਤੇਰਾ ਫੁੱਲ ਸਪੋਰਟਸ ਮੋਡ ਹੀ ਆ ਖਿੱਚਦੇ ਜਿੰਨਾ ਖਿੱਚੀਦਾ ਕੰਮ ਚੱਲ ਰਿਹਾ ਹੈ ਇਹ ਤਾਂ ਕਰਕੇ ਥੋੜਾ ਕੱਚਾ ਕੰਮ ਚੱਲਦਾ ਹਾਂ ਤੇ ਖਰਚੇ ਦੀ ਗੱਲ ਕਰਦੇ ਸੀ ਬਈ ਆਪਾਂ ਹਨਾ ਖਰਚਾ ਜਿਹੜਾ ਤਾਂ ਆਪਣਾ ਹੈਗਾ ਪਹਿਲਾ ਸਾਈਕਲ ਠੀਕ ਹੈ ਬਈ ਆਮ ਸਾਈਕਲ ਨੂੰ ਉਹ ਜੇ ਆਪਾਂ ਕੁੱਲ ਮਿਲਾ ਕੇ ਚੱਲ ਗਏ ਨਾ ਸਮੇਤ ਨਵਾਂ ਸਾਈਕਲ ਲਾ ਕੇ ਉਹ ਆਪਾਂ ਨੂੰ ਪੈਂਦਾ ਸੀ 12,000-13,000 ਚ ਠੀਕ ਹੈ ਬਈ ਪਰ ਜੇ ਇਹ ਸਾਈਕਲ ਦੀ ਗੱਲ ਕਰੀਏ ਤੇ ਅਸੀਂ ਬੈਟਰੀ ਆ 7500 ਦੀ ਇਕੱਲੀ ਇਹ ਆ ਜੀ ਠੀਕ ਹੈ ਇਹ ਮਹਿੰਗੀ ਆ ਜਿਹੜੀ ਇਹ ਮੋਟਰ ਆ ਇਹ ਮੋਟਰ ਹੁੰਦੀ ਆ ਬਿਨਾ ਚੱਕੇ ਤੋਂ ਹੁੰਦੀ ਆ ਇਹ ਆਪਾਂ ਨੂੰ ਤਾਰਾਂ ਆਪ ਪਾਉਣੀਆਂ ਪੈਂਦੀਆਂ ਠੀਕ ਹੈ ਬਈ ਇਹ ਮੋਟਰ ਤੇ ਕੁਛ ਇਹਦੇ ਵਿੱਚ ਲੱਗਾ ਹੋਇਆ ਸਿਸਟਮ ਤੇ ਆਹ ਮੁੱਠੇ ਵਗੈਰਾ ਇਹ ਕਿੱਟ ਹੁੰਦੀ ਬਣੀ ਤਣੀ ਬਿਨਾਂ ਚਾਰਜਰ ਤੋਂ ਇਹ 10,000 ਦੀ ਇਹ ਸੀ 10,000 ਦੀ ਇਹ 7500 ਦਾ ਇਹ 7500 ਤੇ 1400 ਦਾ ਚਾਰਜਰ ਸੀ ਖਰਚਾ ਘੱਟ ਆਉਂਦਾ ਤੇ ਉਹ ਚੀਜ਼ ਵਧੀਆ ਇਹ ਤਾਂ ਸਿਰਫ ਐਵੇਂ ਹਾਂ ਰੱਖਿਆ ਜਾਂਦਾ ਕੋਈ ਸ਼ੱਕ ਨੀ ਇਹਦੇ ਚ 1.5 ਕੁਇੰਟਲ ਵਜਨ ਖਿੱਚ ਲੈਂਦੀ ਇਸ ਤੋਂ ਬਾਅਦ ਆ ਗਈ ਆ ਮੋਟਰਸਾਈਕਲ ਦੀ ਗੱਲ ਇਦੋਂ ਬਾਅਦ ਆ ਗਈ ਮੋਟਰਸਾਈਕਲ ਬਿਲਕੁਲ ਬਾਈ ਇਹ ਸਪਲੈਂਡਰ ਪਲੱਸ ਮਿੱਤਰੋ ਮੋਟਰਸਾਈਕਲ ਹੈ ਤੇ ਮਾਡਲ ਹੋਣਾ ਮੇਰੇ ਖਿਆਲ 'ਚ ਬਾਈ ਇਹ 10-11 ਹੈ ਹਾਂ 9-10 ਸੀ ਸ਼ਾਇਦ ਹਾਂ 9-10 ਮਾਡਲ ਹੈਗਾ ਤੇ ਇਹਦੇ ਬਾਰੇ ਵੀ ਜਾਣਕਾਰੀ ਦਿਓ ਬਾਈ ਵੀ ਕਿਵੇਂ ਆਹ ਮੋਟਰ ਲਈ ਹੈ ਬਾਈ ਇਹ ਮੋਟਰ ਹੈ ਇਹ ਹੁੰਦੀ ਆ ਜਿਹੜੇ ਆਪਣੇ ਈ ਰਕਸ਼ੇ ਹੁੰਦੇ ਆ ਨਾ ਸਵਰਗ ਘਟਾਉਣ ਵਾਲੇ ਰਕਸ਼ੇ ਉਹ ਮੋਟਰ ਆ ਇਹ ਠੀਕ ਹੈ ਬਾਈ ਇਹਨੂੰ ਬਣਾਈ ਨੂੰ ਆਪਣੇ ਹੋ ਗਏ 7 ਮਹੀਨੇ ਠੀਕ ਹੈ ਜੀ 7 ਮਹੀਨਿਆਂ 'ਚ ਮੈਂ ਚਲਾਇਆ ਇਹ 4,550 ਕਿਲੋਮੀਟਰ ਅੰਦਾਜ਼ਾ ਮੰਨ ਕੇ ਚਲੋ ਯਾਰ ਤੂੰ 2 ਰੁਪਏ ਪਰ ਕਿਲੋਮੀਟਰ 9,000 ਦਾ ਤੇਲ ਬਚਿਆ ਜੀ ਠੀਕ ਇਹਦੇ ਵਿੱਚ ਜਿਹੜੀ ਆ ਬੈਟਰੀ ਬਾਈ ਇਹ ਸਪੈਸ਼ਲ ਆ ਨਾ ਜਿਵੇਂ ਸਕੂਟਰੀਆਂ 4 ਬੈਟਰੀਆਂ ਰੱਖਣੀਆਂ ਪੈਂਦੀਆਂ ਵਾ ਹਾਂ ਇਹਦੇ ਵਿੱਚ ਆਹ ਸਿੰਗਲ ਹੀ ਰੱਖੀ ਆ ਕੁਛ ਨਾ ਵੀਡੀਓ ਚਾਰਜਿੰਗ ਹੋਣ ਦਾ ਕੀ ਸਿਸਟਮ ਵਿੱਚੋਂ ਹੀ ਹੋਈ ਜਾਂਦੀ ਆ ਨਹੀਂ ਇਹ ਨਹੀਂ ਇਹ ਮੈਂ ਨਾ ਇੱਥੇ ਇੱਕ ਗੱਲ ਹੁਣ ਤੁਹਾਡੇ ਰਾਹੀਂ ਕਰ ਲੈਣੀ ਚਾਹੁੰਦਾ ਯਾਰ ਲੋਕੀ ਨਾ ਗੁੰਮਰਾਹ ਕਰਦੇ ਪਏ ਆ ਵੀਡੀਓ ਲਾਜ਼ਮੀ ਆ ਚੀਜ਼ ਖਾਸ ਕਰਕੇ ਦੇਖਣ ਧਿਆਨ ਨਾਲ ਸੁਣਨ ਵਾਲੀ ਗੱਲ ਆ ਠੀਕ ਹੈ ਦੇਖੋ ਮੇਰਾ ਕੋਈ ਇਹ ਕਾਰੋਬਾਰ ਨਹੀਂ ਗਾ ਆਪਾਂ ਬਣਾ ਕੇ ਨਹੀਂ ਵੇਚਦੇ ਬਿਲਕੁਲ ਤੇ ਜਿਹੜੇ ਬਣਾ ਰਹੇ ਨਾ ਆਪਾਂ ਉਹਨਾਂ ਨੂੰ ਗਲਤ ਕਹਿੰਦੇ ਆ ਪਰ ਨਾ ਕੁਛ ਲੋਕ ਗੁੰਮਰਾਹ ਕਰ ਰਹੇ ਆ ਬਣਾਉਣ ਵਾਲੇ ਉਹ ਕੀ ਕਰਦੇ ਆ ਇੱਥੇ ਆਹ ਲੀਥੀਅਮ ਬੈਟਰੀ ਆ ਇਹ ਹੈਗੀ ਆ 26 AH ਇਹਨੇ ਜਾਣੀ ਕਿ ਪੂਰੀ ਖਾਲੀ ਹੋਣਾ ਅਤੇ ਪੂਰੀ ਭਰਨਾ ਹੁੰਦਾ ਜਮ੍ਹਾਂ ਡਾਊਨ ਹੋਣਾ ਜਮ੍ਹਾਂ ਖਾਲੀ ਇਹਦੀ ਜਗ੍ਹਾ 'ਤੇ ਲੋਕ ਰੱਖਦੇ ਆ ਆਮ ਹੀ 4 ਬੈਟਰੀਆਂ ਹੁੰਦੀਆਂ ਸਕੂਟਰੀ ਦੇ ਵਿੱਚ ਵੇਖੀਆਂ ਤੁਸੀਂ 40-42 ਕਿਲੋ ਵਜਨ ਉਹਨਾਂ ਦਾ ਉਹ ਰੱਖ ਦਿੰਦੇ ਆ ਉਹਨੇ ਨਾ ਤਕਰੀਬਨ 70% ਖਾਲੀ ਹੋਣਾ ਹੁੰਦਾ 30% ਉਹਨੇ ਆਪਦੇ ਵਿੱਚ ਰੱਖਣਾ ਹੁੰਦਾ ਚਾਰਜਰ ਠੀਕ ਹੈ ਯਾਨੀ ਕਿ ਦੇਖੋ ਇੱਥੇ 2 ਚੀਜ਼ਾਂ ਤੁਸੀਂ ਨੋਟ ਕਰੋ ਪਹਿਲੀ ਤਾਂ ਇਹ ਆ ਵੀ ਬੈਟਰੀ ਇਹ ਵਜਨ ਘੱਟ ਇਹਦਾ ਵਜਨ 9 ਕਿਲੋ ਸਾਰਾ ਠੀਕ ਹੈ ਦੂਸਰਾ ਇਹ ਪੂਰੀ ਖਾਲੀ 'ਤੇ ਭਰਦੀ ਆ ਯਾਨੀ ਕਿ ਮੰਨ ਲਓ ਵੀ ਖਾਲੀ ਭਰਨਾ ਮਤਲਬ ਇਹ ਵੀ ਜੇ ਇਹ 40 ਕਿਲੋਮੀਟਰ ਚੱਲਦਾ ਨਾ ਉਹ ਬੈਟਰੀਆਂ ਵੱਧ ਤੋਂ ਵੱਧ ਇਹਦੇ 'ਤੇ 30-35 ਚੱਲਣਗੀਆਂ ਹਾਂ ਉਹਦੇ 'ਚ ਮੈਂ ਹੁਣ ਜਿਹੜੀ ਗੱਲ ਮੇਨ ਕਰਨੀ ਚਾਹੁੰਦਾ ਸੀ ਵੀ ਉਹ ਕੁਛ ਲੋਕ ਨਾ ਇਹ ਕਹਿ ਦਿੰਦੇ ਉਹ ਬੈਟਰੀਆਂ ਰੱਖ ਕੇ ਵੀ ਇਹ 100 ਕਿਲੋਮੀਟਰ ਚੱਲੂਗਾ ਜੀ ਉਹ ਬਿਲਕੁਲ ਗਲਤ ਆ ਸਰਾਸਰ ਗਲਤ ਆ
ਜਿਹੜਾ ਆਹ ਬੈਟਰੀ ਦੇ ਨਾਲ ਇਹ ਚੱਲਦਾ ਇਸ ਦੇ ਨਾਲ ਇਹ ਜੇ ਤਾਂ ਮੈਂ ਚਲਾਉਣਾ ਕਿਉਂਕਿ ਜੇ ਆਪਾਂ ਵਾਰ ਵਾਰ ਇਹਦੀਆਂ ਬ੍ਰੇਕਾਂ ਲਾਉਣੇ ਆ ਰੇਸ ਦਿੰਦੇ ਇੱਕਦਮ ਪੈਕਅਪ ਲੈਂਦੇ ਹਾਂ ਚੱਲੂਗਾ ਜੀ ਸਿਰਫ 40 to 35 to 40 ਠੀਕ ਹੈ ਜੇ ਮੈਂ ਚਲਾਉਂਗਾ ਇਹਨੂੰ ਮੇਰੀ ਚਲਾਈ ਦਾ ਫਰਕ ਆ ਮੈਂ ਕਿਉਂਕਿ ਇਹਨੂੰ ਰੇਸ ਉਸ ਹਿਸਾਬ ਨਾਲ ਦੇਣੀ ਆ ਕਿਵੇਂ ਵੀ ਆ ਅਤੇ ਮੈਂ ਤਕਰੀਬਨ ਇਹ ਤੋਂ ਲੈ ਜਾਂਦਾ ਜੀ 50 ਤੋਂ ਉੱਤੇ ਕੰਮ 50 ਤੋਂ ਉੱਤੇ ਲੈ ਵੀ ਐਵਰੇਜ ਵਾਲਾ ਕੰਮ ਐਵਰੇਜ ਐਵਰੇਜ ਸਾਈਕਲ ਦੇ ਬੰਦਾ ਹੁੰਦਾ ਹਨਾ ਹਾਂ ਇਹ ਚਾਰਜ ਵੀ ਜਲਦੀ ਹੁੰਦੀ ਆ ਇਹਦੀ ਕੀਮਤ ਵੀ ਜ਼ਿਆਦਾ ਠੀਕ ਹੈ ਇਹ ਬੈਟਰੀ ਸਮੇਤ ਚਾਰਜਰ ਮੈਨੂੰ ਨਾ 25,000 'ਚ ਪਈ ਸੀ ਠੀਕ ਹੈ ਬਾਈ ਜਿਹੜੇ ਉਹ ਦੂਜੀਆਂ ਬੈਟਰੀਆਂ ਹੁੰਦੀਆਂ ਉਹ ਪੈਂਦੀਆਂ ਤਕਰੀਬਨ 13,000 ਦੀਆਂ ਬੈਟਰੀਆਂ ਅਤੇ 1,000 ਦਾ ਚਾਰਜ ਯਾਨੀ ਕਿ ਉਹ ਕਾਮਯਾਬ ਨਹੀਂ ਇੱਥੇ ਆਪਾਂ ਗੱਲ ਕਹਿਣ ਦਾ ਮੇਰਾ ਭਾਵ ਇਹ ਸੀ ਵੀ ਜੇ ਤੁਸੀਂ ਮੋਟਰ ਹੈ ਬਣਵਾਉਣਾ ਨਾ ਮੈਂ ਬਣਾਉਂਦਾ ਨਹੀਂ ਗਾ ਨਾ ਆਪਣਾ ਕੰਮ ਆ ਇਹ ਆਪਾਂ ਸਿਰਫ ਪ੍ਰੈਕਟੀਕਲ ਕਰਕੇ ਜੋ ਮੈਨੂੰ ਘਾਟਾ ਹੁੰਦਾ ਜਾਂ ਮੈਨੂੰ ਫਾਇਦਾ ਹੁੰਦਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆਪਦੀਆਂ ਵੀਡੀਓ ਚਾਹੇ ਤੁਹਾਡੇ ਰਾਹੀਂ ਹੁਣ ਜਿਹੜੀ ਇਹ ਚੀਜ਼ ਆ ਲੀਥੀਅਮ ਕਹਿੰਦੇ ਇਹਨੂੰ ਹਰ ਇੱਕ ਨੂੰ ਇਹਦੇ ਬਾਰੇ ਅੱਜ ਕੱਲ੍ਹ ਪਤਾ ਬਾਕੀ ਇੱਕ ਗੱਲ ਹੋਰ ਆ ਬਣਾਉਂਦਾ ਮੈਂ ਤਾਂ ਨਹੀਂ ਇਹ ਫੋਨ ਮੈਨੂੰ ਬਹੁਤ ਆਉਂਦੇ 6 ਮਹੀਨੇ ਹੋਏ ਆ ਜੀ ਇਹ 6 to 7 months ਹੋਏ ਬਣੇ ਨੂੰ ਮੈਨੂੰ ਨਹੀਂ ਹੁਣ ਇਹਦਾ ਪਤਾ ਵੀ ਇਹਨੇ ਸਾਲ ਭਰ ਚੱਲੂਗਾ 3 ਸਾਲ ਦੀ ਗਰੰਟੀ ਆ ਇਹਦੀ ਪਤਾ ਨਹੀਂ ਤਾਂ ਇਹ ਬੈਟਰੀ ਨੇ ਸਾਲ ਭਰ ਚੱਲਣਾ ਅਤੇ ਪਤਾ ਨਹੀਂ 3 ਸਾਲ ਚੱਲਣਾ ਠੀਕ ਆ ਨਾ ਹੁਣ ਆਪਾਂ ਅਗਲੇ ਦੇ 25,000 ਦੀ ਇਹ ਹੋ ਗਈ 9-10,000 ਦੀ ਮੋਟਰ ਮੇਰਾ ਯਾਨੀ ਕਿ 35,000 ਲੱਗਾ ਹੈ ਨਾ ਆਪਦਾ ਬਿਨਾਂ ਮੋਟਰ ਲੇਬਰ ਅਲੱਗ ਹੁਣ ਆਪਾਂ ਕਿਸੇ ਬੰਦੇ ਦਾ ਗਮਰਾਹ ਕਰਕੇ 40-45,000 ਲਵਾ ਦਈਏ ਉਹ ਚੱਲੇ ਨਾ ਫਿਰ ਉਹਦੇ ਵਾਸਤੇ ਨਾ ਗਲਤ ਗੱਲ ਬਿਲਕੁਲ ਮੁੜ ਕੇ ਸਾਲ ਬਾਅਦ ਉਹ ਮੇਰੇ ਵਰਗੇ ਤੋਂ ਵੀਡੀਓ ਪਵਾਈ ਜਾਊਗਾ ਇਹਨਾਂ ਸੇਵ ਕਮਕਣੀ ਦਾ ਬਿਲਕੁਲ ਸਹੀ ਗੱਲ ਆ ਬਾਈ ਦੀ ਲੱਖ ਰੁਪਏ ਦੀ ਗੱਲ ਆ ਇਹ ਨਾ ਗੱਲ ਬਈ ਮੈਨੂੰ ਕਿਸੇ ਬੰਦੇ ਨੇ ਵੀ ਦੱਸੀ ਦੀ ਕਹਿੰਦੇ ਵੀ ਅਸੀਂ ਸੇਵਕ ਨੂੰ ਕਿਹਾ ਸੀਗਾ ਫੋਨ ਕਰਿਆ ਸੀਗਾ ਕਹਿੰਦੇ ਵੀ ਮਿਸਟਰ ਸੇਵਕ ਨੂੰ ਫੋਨ ਕਰਿਆ ਸੀਗਾ ਵੀ ਇਹਦੇ ਵਾਸਤੇ ਆਹੀ ਮੋਟਰ ਸਾਈਕਲ ਵਾਸਤੇ ਕਹਿੰਦੇ ਵੀ ਉਹ ਕਹਿੰਦੇ ਵੀ ਨਹੀਂ ਵੀ ਇਸ ਤਾਂ ਗੱਲ ਆਪਦਾ ਐਕਸਪੈਰੀਮੈਂਟ ਹੀ ਕਰਦੇ ਹੁੰਦੇ ਆ ਵੀਡੀਓ ਬਣਾਉਣ ਵਾਸਤੇ ਉਹ ਕਰਦੇ ਆ ਬਿਲਕੁਲ ਬਾਈ ਦੀ ਗੱਲ ਲੱਖ ਰੁਪਏ ਦੇ ਜੇ ਤਾਂ ਇਹ ਚੀਜ਼ ਚੱਲ ਗਈ ਫਿਰ ਤਾਂ ਸਿਉਣਾ ਬਾਈ ਹਨਾ ਜੇ ਨਹੀਂ ਚੱਲੀ ਕਹਿੰਦਾ ਜਿਹੜਾ 30-35,000 ਮੰਨ ਲਓ ਹੁਣ ਮੇਰਾ ਤਾਂ ਇਹ 9,000 ਹੀ ਬਚਿਆ ਨਾ ਸਿੱਧੀ ਗੱਲ ਪੈਸੇ ਲਾ ਕੇ 9,000 ਹੀ ਬਚਿਆ ਜੇ ਕਾਮਯਾਬ ਹੁੰਦਾ ਆਪਾਂ ਤਾਂ ਵੀ ਤੁਹਾਨੂੰ ਦੱਸਾਂਗੇ ਨਹੀਂ ਕਾਮਯਾਬ ਹੁੰਦਾ ਤਾਂ ਵੀ ਦੱਸਾਂਗੇ ਹੋਰ ਆਪਣਾ ਇਹ ਬਣਾਉਣ ਦਾ ਕੋਈ ਮਸਲਾ ਨਹੀਂ ਇਹ ਸਪੀਡ ਬਈ ਇਹਦੀ ਕਿੰਨੀ ਕਿਤੇ ਚੜ੍ਹ ਜਾਂਦੀ ਸਪੀਡ ਇਹਦੀ ਜੀ ਮੈਂ ਇਹਦੀ ਸੈੱਟ ਕੀਤੀ ਆ 40 to 45 ਇਹਦੇ 'ਚ ਇੱਕ ਹੋਰ ਚੱਕਰ ਆ ਜੇ ਆਪਾਂ ਇਸ ਤੋਂ ਜ਼ਿਆਦਾ ਸਪੀਡ ਕਰਦੇ ਹਾਂ ਨਾ ਹਾਂਜੀ ਸਪੀਡ ਇਹਦੀ ਜਾਊਗੀ 60 to 70 ਠੀਕ ਹੈ ਜਦੋਂ ਹੁਣ ਆਪਾਂ 30 to 35 ਦੇ ਵਿੱਚ ਜਾਵਾਂਗੇ ਨਾ ਇਹਦੀ ਆਪਾਂ ਨੂੰ RC ਬਣਾਉਣੀ ਪਊਗੀ ਹੁਣ ਇਹਨੂੰ ਆਪਾਂ ਮੋਡੀਫਾਈ ਕਰ ਦਿੱਤਾ ਇਹਦੀ ਤਾਂ RC ਬਣਨੀ ਨਹੀਂ ਮੁਸ਼ਕਲ ਆ ਨਾ ਇੰਜਨ ਦਾ ਆਪਾਂ ਲਾ ਦਿੱਤਾ ਇਹ ਹੁਣ ਸਿਰਫ ਈ ਸਾਈਕਲ ਦੇ ਵਿੱਚ ਆ ਈ ਬਾਈਕ ਆ ਸਟਾਰਟ ਕਰਕੇ ਦੇਖੀਏ ਇਹ ਸਟਾਰਟ ਆ ਜੀ ਬਸ ਓਕੇ ਕਰੋ ਤੇ ਅੱਛਾ 32 ਚੱਲ ਪਿਆ ਆ ਜਾਓ ਬਈ ਦੋਨੇ ਜਣੇ ਆ ਦਿਖਾ ਦਿਓ ਮੜਾ ਜਾ ਕੇ ਤੇ ਸਾਡੇ ਵੀਰਾਂ ਨੂੰ ਬੇਨਤੀ ਆ ਵੀ ਹੁਣ ਇਹ ਚਾਬੀ ਉਹ ਇੱਥੇ ਲੈਣ ਚੱਲ ਵੇਖੋ ਇਹ ਆ ਚੱਲ ਪਈਆਂ ਗਮਰਾਹ ਕਰਨ ਲਈ ਕੁਛ ਕੁ ਲੋਕ ਨਾ ਕਹਿ ਰਹੇ ਆ ਵੀ ਅਸੀਂ ਇਹਦੇ ਤੇ ਇਹੋ ਜਿਹਾ ਸਿਸਟਮ ਕਰ ਲਾਂ ਜੀ ਵੀ ਆਪਦੇ ਆਪ ਹੀ ਚਾਰਜ ਹੋਵੇ ਦੇਖੋ ਇਹ ਦੁਨੀਆਂ ਦੇ ਵਿੱਚ ਇਹੋ ਜਿਹਾ ਅੱਜ ਤੱਕ ਕੋਈ ਵੀ ਚੀਜ਼ ਹੈ ਨੀ ਗੀ ਵੀ ਆਪਦੇ ਆਪ ਆਪਣੀ ਮਤਲਬ ਵੀ ਆਹ ਚੀਜ਼ ਚੱਲਦੀ ਹੈ ਤੇ ਆਪਦੇ ਆਪ ਹੀ ਊਰਜਾ ਲੈ ਕੇ ਕਹਿੰਦੇ ਆ ਵੀ ਊਰਜਾ ਦਾ ਰੂਪ ਬਦਲਿਆ ਜਾ ਸਕਦਾ ਊਰਜਾ ਨੂੰ ਨਾ ਪੈਦਾ ਕੀਤਾ ਜਾ ਸਕਦਾ ਨਾ ਖਤਮ ਕੀਤਾ ਜਾ ਸਕਦਾ ਫਰੀ ਐਨਰਜੀ ਜਿਹਨੂੰ ਕਹਿੰਦੇ ਆ ਇਹਨੂੰ ਆਪਾਂ ਨੂੰ ਪਾਸੇ ਤੋਂ ਹੀ ਕੋਈ ਬਿਜਲੀ ਨਾਲ ਚਾਰਜ ਕਰੋ ਜਾਂ ਸੋਲਰ ਨਾਲ ਚਾਰਜ ਕਰੋ ਇਹਦੇ ਵਿੱਚ ਇਹੋ ਜਿਹਾ ਕੋਈ ਸਿਸਟਮ ਨਹੀਂ ਬਣ ਸਕਦਾ ਨਾ ਅੱਜ ਤੱਕ ਬਣਿਆ ਅਤੇ ਨਾ ਹੀ ਬਣੂਗਾ ਦੋ ਮੇਰੇ ਖਿਆਲ 2 crore ਦੀ ਆਉਂਦੀ ਨਾ ਟੈਸਲਾ ਦੀ ਕਾਰ ਉਹ ਵੀ ਆਪਾਂ ਨੂੰ ਬਿਜਲੀ 'ਤੇ ਚਾਰਜ ਕਰਨੀ ਪੈਂਦੀ ਆ ਉਹਨਾਂ ਦੇ ਵਿਗਿਆਨੀ ਤਾਂ ਬਹੁਤ ਵੱਡੇ ਆ ਆਪਾਂ ਤਾਂ ਚੀਜ਼ ਹੀ ਕੁਛ ਨਹੀਂ ਆਪਾਂ ਤਾਂ ਮਤਲਬ ਕਿ ਸਿਰਫ ਕਾਪੀ ਕਰਨ ਵਾਲੇ ਇੱਕ ਦੂਜੇ ਦੀ ਗੱਲ ਬਿਲਕੁਲ ਸਹੀ ਗੱਲ ਇਹ ਬਈ ਗੱਲ ਨੋਟ ਕਰਨ ਵਾਲੀ ਆ ਦਿਮਾਗ ਨਹੀਂ ਹੈਗਾ ਵੀ ਗੱਡੀ ਦਾ ਚੱਕਰ ਵੀ ਵੱਧ ਹੁੰਦਾ ਬਈ ਹਨਾ ਵੀ ਉਹ ਨੂੰ ਚਾਰਜ ਕਰੇ ਬਿਲਕੁਲ ਸਹੀ ਗੱਲ ਆ ਬਾਈ ਇਹ ਕੁਝ ਗੱਲਾਂ ਨੋਟ ਕਰ ਲੈਣ ਗਏ ਗਮਰਾਹ ਹੋਣ ਤੋਂ ਜ਼ਰੂਰ ਬਚੋ ਜਿਹੜੀਆਂ ਵੀਡੀਓ ਆ ਜਾਂਦੇ ਆ ਵੀਡੀਓ ਪੈ ਜਾਂਦੀਆਂ ਨੇ ਕਿ ਵੀ ਹਾਂ ਵੀ ਆਹ ਉਹ ਰਿਹਾ ਚੀਜ਼ ਆ ਆਹ ਉਹ ਰਿਹਾ ਚੀਜ਼ ਆ ਅਤੇ ਚਲੋ ਵੀਡੀਓ ਵੀ ਵੀਰਾਂ ਨੇ ਪਾਉਣੀ ਹੁੰਦੀ ਆ ਹਨਾ ਪਰ ਤੁਸੀਂ ਕੋਈ ਚੀਜ਼ ਲੈਣੀ ਆ ਉਹਨੂੰ ਆਪਦਾ ਤੌਰ ਤੇ ਇੱਕ ਵਾਰੀ ਜਿਵੇਂ ਆਪਾਂ ਕਹਿੰਦੇ ਵੀ ਜਾਂਚ ਪੜਤਾਲ ਜ਼ਰੂਰ ਬਿਲਕੁਲ ਬਿਲਕੁਲ ਤੇ ਮੈਂ ਹੁਣ ਇਹਨੂੰ ਗੇੜਾ ਲੈ ਕੇ ਦੇਖਦਾ ਤੇ ਘੁਮਾਉਣੇ ਆ ਬੈਟਰੀ ਥੋੜੀ ਡਾਊਨ ਕਰਕੇ ਸ਼ਾਇਦ ਸਪੀਡ ਘੱਟ ਹੋਵੇ ਪਰ 50 ਦੇ ਕੋਈ ਗੱਲ ਨਹੀਂ
एक मैं तजर्बा होर किया जो आप ये चीज़ा चला लेंगे ना खास करके इलैक्ट्रीकल जिमें वहीकल कह दिए ई बाइक इतों बाद यार दूजिया चीज़ा चला स्वाद जहा नहीं आता क्योंकि आवाज़ है नहीं इन्हों की यह नशा ही लग जाता तो मैं इन्होंने चीज़ों का पैसा भी बहुत खराब किया कोई शक नहीं मतलब मेरे को ई बाइक होंगी सी वो तो मैं बहुत बैटरियां रख के तजर्बे किए एक तजर्बे वजो या होर अपना कमर्शियल काम कोई नहीं यह फिर बई जिमें आप देखिए ना जिमें तुम्हें कहा भी एक नशा ही होंगे बंदे चीज़ों पंगे लैन का तजर्बे कर बिल्कुल जिमें ओरी गल करते होंगे कहते जड़िया है ना अपने मक्की का झाल पाने वाली मशीन आई है कहते वह बंद ने अपने घरवाली के कन्ना चो ही बालियां ला के भी बेचती थी उन्होंने एक नशा ही दी भी आह कम करना रिश्तेदारों का पैसे पूसे मंगने वाला कम दूर वा कहते रिश्तेदार घर आने फट के थी कहते जावे चाह की प्याली पा के कि पैसे ना मंग ले पर भाई तजर्बा एडा सफल रहा जिम्मे दसते हो है ना जो भी चीज़ कामयाब होगी अज बंदा करोड़ों से खेड़ता हाँ कई करोड़ों के खेड़े जाते कई काट कढ़ने वाले वो आपका पैसा बर्बाद हो जाते हैं फायदा कोई हो फायदा कोई होर चक जाए तीजा बंदा लाइ जाए सो बई थोड़ा योजना चीज़ा बना के वीडियो बना के तुम साढ़े वर्ग दिखाने है ना मैं भी तुम्हें दसदा बई संदीप पहले गल हो जाती थी तो सनी तू ही फट दें बई में आ जाते इधर तो बई संदीप पहले गल हो जाती थी जो बई के घर असी खाना खूना खाधा है ना तो धनिए की चटनी नाल दही नाल रोटियां खाधिया ना सिर सी पीती उ गल की चल पी सोनू पता भी मैं स्टार्ट होया धनी वाले काम तो उदू पहला मैं कोई है मैं फोन भी नहीं बई चकता हूँ मैं अखा की समस्या आ गई मैं अखा की एलर्जी हो जाती है साढ़े की असं फोन ज्यादा देख टीवी ज्यादा देख लाली आने लग जाती है तो बई को बैठे मैं भी जो ये वीडियो नवी स्टार्ट करियाँ आप किसान हट लाने लगे उतो ही अपने वाला पेज क्रिएट करे आप जानकारी भरपूर भी जे आप कोई खेत पैसे लाने जमा सस्ते आले दुआले शैड बन जाता वांगू बई वीडियो देख देख अगे वधे तो अज बई होर ने कोले खड़े हैं बई यकीन नहीं आता है ना भी आप मिलांगे वह करांगे पर वो दाते नूं जिहड़ा कुछ मंजूर आया रोटी भी खाधी है चाह भी पीती है गाह देख रहे परमात्मा नूं की मंजूर है बई है ना चलो परमात्मा करे लम्मा चले साथ बिल्कुल बई तो बई होर मिल के बहुत वधिया लग्या ठीक है दोस्तों आह वीडियो नूं करदे आप इत्थी एंड तो जे आप लोड लग्या साढ़े को खुला टाइम होया वैसे तो बई ने भी आनंदपुर साहब जाना साढ़े करके रोकया पाया उदू बाद आप बई होर कदे बैठ के इन्हों से इंटरव्यू करा भी शुरुआत कितों हुई ठीक है बई मेहरबानी बई सत श्री अकाल जी धन्यवाद।